ਏਜੀ ਗੋੜੋਂ ਦਾ ਮਸਾਲਾ ਬਣ ਰਿਹਾ ਚਾਚਾ ਕੀ ਕੀ ਪਾਇਆ ਜੋ ਵਿੱਚ ਇਸ ਦੇ ਵਿੱਚ ਤਰੀਕਾਕਾਰ ਕੀ ਹੈ ਪਹਿਲੇ ਤਰੀਕਾਕਾਰ ਤੈਨਾਂ ਜੀ ਮਰਚਾਂ ਪਾਈਆਂ ਡੋਡਾ ਮਰਚ 2 ਕਿਲੋ 2 ਕਿਲੋ ਇਹ ਹੋ ਗਏ 6 ਘੋੜਿਆਂ ਦਾ ਮਸਾਲਾ ਇਹ ਜੀ 6 ਘੋੜਿਆਂ ਦਾ ਮਸਾਲਾ ਠੀਕ ਹੈ ਨਾਲ ਲੈ ਦੋ ਹੈ 2 ਕਿਲੋ ਪਾਈ ਹੈ ਹਰੀ ਮਰਚ 2 ਕਿਲੋ ਲਸਣ ਹੋ ਗਿਆ ਠੀਕ ਹੈ ਨਾ ਕਿਲੋ ਪਿਆਜ਼ ਹੋ ਗਿਆ ਅੱਧਾ ਕਿਲੋ ਪਿਆਜ਼ ਹੋ ਗਿਆ ਵਿਚ ਪੂਦਰਾ ਹੋ ਗਿਆ ਪੂਦਰਾ ਹੋ ਗਿਆ ਪੂਦਰਾ ਦੀ 4-5 ਗੱਟੀਆਂ ਹੋ ਗਈਆਂ ਠੀਕ ਹੈ ਤਕਰੀਬਨ ਕਿਲੋ ਵੀ ਬਦਮਾਂ ਬਣ ਜਾਂਦਾ ਠੀਕ ਹੈ ਜੀ ਦੋ ਸੁੱਕਾ ਜਿਹੜਾ ਮਾਲ ਹੈ ਹਰਮਲ ਹੋ ਗਿਆ ਸੌਫ ਹੋ ਗਿਆ ਵੇ ਹਰਮਲ ਕਿੰਨਾ ਹੈ ਹਰਮਲ ਕਿਲੋ ਠੀਕ ਹੈ ਪਨੀਰ ਹੋ ਗਈ ਪਨੀਰ 2 ਕਿਲੋ ਜੀ ਮੜ ਕੇ ਸੋਡੇ ਅੱਧਾ ਕਿਲੋ ਅੱਧਾ ਕਿਲੋ ਮੜ ਕੇ ਖੋੜ ਅੱਧਾ ਕਿਲੋ ਅੱਧਾ ਕਿਲੋ ਕਾਲੀ ਚੀਰੀ ਅੱਧਾ ਕਿਲੋ ਟਿੱਕੀ ਨਿਸ਼ਾਦਰ ਤੇ ਤਰੀ ਨਿਸ਼ਾਦਰ ਤੇਰੇ ਨਿਸ਼ਾਦਾਰ ਤੇ ਟਿੱਕੀ ਨਿਸ਼ਾਦਾਰ ਆ ਦੋਸਤਾ ਠੀਕ ਹੈ ਉਹ ਪਾਈਆ ਪਤਾ ਨਹੀਂ ਹੋ ਗਿਆ ਦੁਆ ਚੀਨ ਠੀਕ ਹੈ ਉਸ ਤੋਂ ਬਾਅਦ ਸੌਫ ਕਿਤਰੇ ਨੇ ਸੌਫ ਕਿਲੋ ਵੀ ਹੈ ਹਰਮਲ ਕਿਤਰੇ ਨੇ ਹਰਮਲ 1/2 ਕਿਲੋ ਠੀਕ ਹੈ ਤਰੀਕਾ ਕਰਿਆ ਕਿ ਇਸ ਦਾ ਸਾਲਣ ਪਕਾ ਲੈਣਾ ਮਤਲਬ ਕੱਚਾ ਨਹੀਂ ਛੋੜਨਾ ਕੱਚਾ ਨਹੀਂ ਛੋੜਨਾ ਇਹ ਜੇ ਬਾਹਰ ਚੇਰ ਦੇ ਸਾਲਣ ਬਣ ਜਾਵੇ ਸ਼ੋਰਾ ਬਣ ਜਾਵੇ ਠੀਕ ਹੈ ਉਸ ਦੇ ਮੇਲਾ ਇਹ ਲਾ ਕੇ ਠੱਡਾ ਕਰਕੇ ਠੱਡਾ ਕਰਕੇ ਉਹ ਮਿਕਸ ਕਰ ਦੇ ਉਹ ਮਿਕਸ ਕਰਕੇ ਤੇ ਫਿਰ ਉਸ ਤੋਂ ਬਾਅਦ ਕੀ ਤਰੀਕਾ ਕਰੀਏ ਯੋਗਨ ਦੇਣੀਆ ਠੀਕ ਹੈ ਯੋਗਨ ਦੇਣਾ ਤੇ ਜਿਹੜੀ ਕੌੜੇ ਜੀਰੀਏ ਛੋੜੇ ਉਸ ਤੋਂ ਕੱਢ ਲਓ ਉਹ ਨਾ ਪਾਓ ਠੀਕ ਹੈ ਉਹ ਹੁਣ ਮੈਂ ਮੈਂ ਤਾਂ ਗੋੜੀ ਜਿਹੜੀ ਗੱਬਨ ਗੋੜੀ ਹੈ ਗੱਬਨ ਗੋੜੀ ਠੀਕ ਹੈ ਤੇ ਦੋਸੇ ਨੂੰ ਮਿਕਸ ਕਰਕੇ ਲੈ ਲੈ ਤੇ ਉਸ ਤੋਂ ਬਾਅਦ ਮਤਲਬ ਇਹ ਜਿਹੜਾ ਲਾ ਲਿਆ ਇਹ ਠੱਡਾ ਕਰ ਲਿਆ ਠੱਡਾ ਕਰ ਲਿਆ ਮਤਲਬ ਇਹ ਜਿਹੜਾ ਮਸਾਲਾ ਹੈ ਇਹ ਜਿਹੜਾ ਸਾਲਣ ਬਣ ਗਿਆ ਇਸ ਦਾ ਸਾਲਣ ਇਹ ਲਾ ਕੇ ਠੱਡਾ ਕਰਕੇ ਤੇ ਉਹ ਪਾਊਡਰ ਫਾਰਮ ਵਿੱਚ ਮਤਲਬ ਸਾਰਾ ਪੰਸਾਰ ਕੋਲੋਂ ਕਰਾ ਲੈਣਾ ਉੱਤੇ ਮਰੇ ਕਰਾ ਲੈਣਾ ਇਹਨਾਂ ਨੇ ਗ੍ਰਾਈਂਡਰ ਕਰਾ ਕੇ ਦੇ ਬਸ ਗ੍ਰਿੰਡ ਕਰਾ ਕੇ ਸੀ ਮਿਕਸ ਕਰ ਦੇਣਾ ਸਾਰਾ ਟੋਟਰ ਫਿਰ ਇਸ ਨੂੰ ਸੁਕਾ ਲੈਣਾ ਜਾਂ ਅਗਰ ਇੰਨੇ ਪਾਣ ਹੋਵੇ ਖੁਰਾਕ ਤੇ ਮੁਰ ਸੁਕਾ ਲੈਣਾ ਠੀਕ ਹੈ ਅਗਰ ਜੇ ਹੱਥ ਨਾਲ ਦੇਣਾ ਤਾਂ ਮੋ ਥੋੜਾ ਜਿਹਾ ਨਰਮ ਰੱਖ ਲਿਆ ਮੂਝ ਠੀਕ ਹੈ ਉਹ ਤਾਂ ਇੱਕ ਮਹੀਨਾ ਖਰਾਬ ਨਹੀਂ ਹੁੰਦਾ ਇਹ 6 ਮਹੀਨੇ ਨਹੀਂ ਖਰਾਬ ਹੁੰਦਾ acha oh na kharab nahi hai agar is nu 6 ਗੋੜਿਆਂ ਦਾ ਮਸਾਲਾ 1 ਮਹੀਨੇ ਵਾਸਤੇ ਠੀਕ ਉਲੀ ਲੱਗ ਜਾਵੇ ਉਹਨੇ ਲੱਗ ਜਾਵੇ ਖਰਾਬ ਨਹੀਂ ਹੁੰਦਾ ਔਰ ਜਿਤਨਾ ਚਲਾਈ ਜਾਓ ਠੀਕ ਹੈ ਚੱਲ ਸਕਦਾ ਖਰਾਬ ਨਹੀਂ ਹੁੰਦਾ ਬਿਲਕੁਲ ਠੀਕ ਹੈ ਉਹਦਾ ਨੁਕਸਾਨ ਨਹੀਂ ਔਰ ਇਹ ਜਿਹੜੀ ਪਨੀਰ ਹੈ ਜਾਂ ਕੋ ਪਨੀਰ ਦਾ ਕੀ ਕੰਮ ਹੈ ਪਨੀਰ ਦਾ ਇਹ ਕੰਮ ਨਹੀਂ ਜੀ ਬਦੀ ਵਾਸਤੇ ਠੀਕ ਹੈ ਔਰ ਦਿਲ ਨੂੰ ਹੌਸਲਾ ਦਿੰਦੀ ਠੀਕ ਹੈ ਤੇ ਪਨੀਰ ਕਿਉਂ ਘੱਟ ੜਾ ਰਹਿੰਦਾ ਤਰ ਗਰਮ ਹੈ ਨਾ ਠੱਡਾ ਤੇ ਨਾ ਗਰਮ ਠੀਕ ਹੈ ਤੇ ਜਿਹੜੀ ਕੋਰ ਜਿਹੜੀ ਉਹ ਜੋੜਨ ਹਵਾ ਵਾਸਤੇ ਜਿਹੜਾ ਪਨੀਰ ਦਵਾ ਹਰਮਾ ਲਈ ਉਹ ਵੀ ਜੋੜਨ ਹਵਾ ਲੋ ਠੀਕ ਹੈ ਜੀ ਜਨਵਰ ਮਜ਼ਬੂਤ ਕਰਦਾ ਇਹ ਬਾਦੀ ਦਾ ਮਾਲਿਆ ਜਿਹੜਾ ਇਹ ਜਿਹੜਾ ਡੋਡਾ ਮਰਚ ਹੈ ਮੁੜ ਕੇ ਪਿਆਜ਼ ਹੈ ਮੁੜ ਕੇ ਵਿੱਚ ਇਹ ਪੂਧਨ ਸ਼ੋਧਨਾ ਹਰੀ ਮਰਚ ਹੈ ਜਿਆ ਬਾਦੀ ਦਾ ਕੰਮ ਹੈ ਸਾਰਾ ਠੀਕ ਹੈ ਤੇ ਇਸ ਤੋਂ ਇਲਾਵਾ ਇਹ ਜਿਹੜੀ ਕੋੜ ਹੈ ਤੇ ਜਿਹੜਾ ਟਿੱਕੀ ਨਸ਼ਾਦਰ ਹੈ ਜਾਂ ਤਰੀ ਨਸ਼ਾਦਰ ਹੈ ਇਹਨਾਂ ਦੇ ਇੰਜ ਬਈ ਲੈਦ ਜੜਵੇਂ ਗਿਓ ਚੋਪੜ ਕੇ ਨਹੀਂ ਸੱਟੀਦੀ ਇਹਨਾਂ ਜਾਨਵਰ ਸਕੇ ਮਤਲਬ ਬੰਦ ਨਹੀਂ ਹੋਣ ਲੱਗੇ ਅੰਦਰ ਸਫਾਈ ਕਰਦਾ ਹੈ ਨਸ਼ਾਦਰ ਜਿਹੜਾ ਠੀਕ ਹੈ ਇਹ ਐਸੀ ਚੀਜ਼ ਹੈ ਬੱਚੇ ਨਹੀਂ ਹੁੰਦੇ ਛੋਟੇ ਠੀਕ ਹੈ ਉਹਨਾਂ ਦੇ ਪੇਟੇ ਖਰਾਬ ਹੋ ਤੂੰ ਉਹਨਾਂ ਨੂੰ ਮਾੜਾ ਮਾੜਾ ਮਾਂਵਾ ਚਟਾਉਂਦੀ ਆ ਹਾਂ ਠੀਕ ਹੈ ਐਸੀ ਚੀਜ਼ ਹੈ ਬਰ ਇਸ ਤੋਂ ਇਲਾਵਾ ਇਸ ਡੋਡੇ ਮਰਚ ਜਿਹੜਾ ਡੋਡਾ ਮਰਚ ਸੁਰਖ ਜੀ ਆਲੀ ਜੀ ਇਹ ਬਾਦੀ ਵਸਤੇ ਹੁੰਦੀ ਬਾਦੀ ਵਸਤੇ ਠੀਕ ਹੈ ਤੇ ਜਿਹੜਾ ਪਿਆਜ਼ ਤੁਸੀਂ ਪਕਾਉਂਦੇ ਪਿਓ ਵਿੱਚ ਪਿਆਜ਼ ਤਾਂ ਇਹ ਉਹ ਹੀ ਨੇ ਬੇ ਹਾਜਮੇ ਵਾਸਤੇ ਬਣ ਗਿਆ ਦੋ ਇਹਸ ਨੂੰ ਉਤਾਰ ਕਰਨ ਵਾਸਤੇ ਹੋ ਗਿਆ ਠੀਕ ਹੋ ਗਿਆ ਇਹ ਸਾਲਨ ਪਕਦਾ ਸੀ ਅਗਰ ਇਹ ਕੱਚੀ ਮਰਚ ਖਾ ਵੀਏ ਮ ਗਾਂਹਤ ਨਹੀਂ ਹੁੰਦੀ ਸਾਲਣ ਦੇ ਵਿੱਚ ਕਿਤਨੀ ਖਾ ਜਾਂਦੀ ਆ ਹਾਂ ਬਿਲਕੁਲ ਇਹ ਪੱਕ ਜਾਂਦੀ ਇਸ ਦਾ ਕੰਮ ਤੇ ਜੇ ਅਗਰ ਇਹ ਜਿਹੜੀ ਤੁਸੀਂ ਮਤਲਬ ਸਬਜ਼ੀਆਂ ਸਾਰੀਆਂ ਪਕਾ ਰਹੇ ਹੋ ਮਰਚਾਂ ਛਰਚਾਂ ਪਿਆਜ਼ ਵੈਰਾ ਪੂਦਨਾ ਛੁਦਨਾ ਵਿੱਚ ਲਸਣ ਛੈਸਣ ਜਿਹੜਾ ਇਹ ਅਗਰ ਕੱਚਾ ਰਹਿ ਜਾਵੇ ਕਿ ਨੁਕਸਾਨ ਹੈ ਉਹਦਾ ਨੁਕਸਾਨ ਨਹੀਂ ਗੋੜੇ ਨਾਹਾਜਮਾ ਨਹੀਂ ਬਣਦਾ ਹਾਜਮਾ ਨਹੀਂ ਬਣਦਾ ਇਸ ਨੂੰ ਚੰਗੇ ਤਰੀਕੇ ਨਾਲ ਇਹ ਜਿਹੜੀ ਹੈ ਮਰਚ ਇਹ ਜਾਨਵਰ ਨੂੰ ਤਲਖੀ ਕਰਦੀ ਤੇ ਮਤਲਬ ਇਹ ਹੈ ਕਿ ਇਸ ਦਾ ਪੂਰਾ ਰੇਸ਼ਾ ਜਦ ਤੱਕ ਨਾ ਨਿਕਲੇ ਤੇ ਇਹ ਛੋੜ ਇਹ ਜੀ ਮਸਾਲੇ ਦਾ ਸਾਲਣ ਅਭੀ ਤਿਆਰ ਹੋ ਗਿਆ और अब इसके बाद इसमें जो वो आपको मटेरियल बताया था पनीर कोड़ और हरमल और बाकी चीज़ें जितनी भी हैं जो आपको पहले बता चुके हैं वो इसमें जब ठंडा हो जाएगा फिर मिक्स करेंगे इन और मिक्स